ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਕੁਝ ਅਪਡੇਟਸ ਲੈ ਕੇ ਮੈਂ ਬਰुण ਕੌੜਮਾਨ ਹਾਜ਼ਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੀਲ ਯੂਐਸਏ ਟੀਵੀ ਅਮਰੀਕਾ ਵਿੱਚ ਨਾਜਾਇਜ਼ ਤਰੀਕੇ ਨਾਲ ਰਹਿ ਰਹੇ 7 ਲੱਖ ਭਾਰਤੀ ਅਮਰੀਕਾ ਵਿੱਚ ਪ੍ਰਵਾਸੀਆਂ ਦੀ ਆਬਾਦੀ ਵਧ ਕੇ 4 ਕਰੋੜ 6 ਲੱਖ ਦੇ ਕਰੀਬ ਹੋਈ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਨੌਜਵਾਨ ਨੂੰ ਦੁਬਈ ਛੱਡਿਆ ਇੰਗਲੈਂਡ ਜਾਣ ਵਾਲੇ ਟੂਰਿਸਟ ਤੇ ਵਿਦਿਆਰਥੀਆਂ ਲਈ ਬੋੜੀ ਖਬਰ ਵੀਜ਼ਾ ਫੀਸ ਵਿੱਚ ਕੀਤਾ ਵਾਦਾ ਅਮਰੀਕੀ ਅਦਾਲਤ ਨੇ ਡੀਏਸੀਏ ਨੂੰ ਦੱਸਿਆ ਗੈਰ ਕਾਨੂੰਨੀ 6 ਲੱਖ ਤੋਂ ਵੱਧ ਭਾਰਤੀ ਹੋ ਸਕਤੇ ਨੇ ਪ੍ਰਭਾਵਿਤ ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖਬਰ ਆਸਟ੍ਰੇਲੀਆਈ ਸਵੇਰ ਤੋਂ ਚੀਨ ਦੇ ਪ੍ਰਮੁੱਖ ਸ਼ਹਿਰਾਂ ਲਈ ਹੋਰ ਸਿੱਧੀਆਂ ਉਡਾਣਾਂ ਦੀ ਸ਼ੁਰੂਆਤ ਕੈਨੇਡਾ ਭੇਜਣ ਦੇ ਨਾਂ ਤੇ 20 ਲੱਖ ਲੋਕਾਂ ਨਾਲ 70 ਲੱਖ ਦੀ ਠੱਗੀ ਤੁਸੀਂ ਦੇਖ ਰਹੇ ਹੋ ਵੀਕਲੀ ਮੀਗ੍ਰੇਸ਼ਨ ਅਪਡੇਟ ਅਮਰੀਕਾ ਦੇ ਵਿੱਚ 7 ਲੱਖ ਤੋਂ ਵੱਧ ਭਾਰਤੀ ਬਗੈਰ ਇਮੀਗ੍ਰੇਸ਼ਨ ਸਟੇਟਸ ਤੋਂ ਰਹਿ ਰਹੇ ਨੇ ਅਤੇ 2010 ਬਗਰੋ ਇਸ ਅੰਕੜੇ ਦੇ ਵਿੱਚ 72% ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਹਿਊਸਟਨ ਦੀ ਇੱਕ ਫੈਡਰਲ ਅਦਾਲਤ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਤੋਂ ਰੋਕ ਦੀ ਉਸ ਨੀਤੀ ਨੂੰ ਗੈਰ ਕਾਨੂੰਨੀ ਇਕਰਾਰ ਦਿੱਤਾ ਹੈ ਜਿਸ ਤਹਿਤ ਨਬਾਲਗ ਉਮਰ ਦੇ ਵਿੱਚ ਅਮਰੀਕਾ ਪੁੱਜੇ ਪ੍ਰਵਾਸੀਆਂ ਨੂੰ ਇੱਥੇ ਰਹਿਣ ਅਤੇ ਕੰਮ ਕਰਨ ਦਾ ਹੱਕ ਮਿਲ ਰਿਹਾ ਹੈ। ਬਰਾਕ ਓਬਾਮਾ ਦੇ ਕਾਰਜਕਾਲ ਦੇ ਦੌਰਾਨ ਫੈਡਰਲ ਐਕਸ਼ਨ ਫਾਰ ਚਾਈਲਡਹੂਡ ਅਰਾਈਵਲਜ਼ ਯੋਜਨਾ ਦਾ ਐਲਾਨ ਕੀਤਾ ਗਿਆ। ਜਿਸ ਤਹਿਤ ਨਬਾਲਗ ਉਮਰ ਵਿੱਚ ਅਮਰੀਕਾ ਪੁੱਜੇ ਪ੍ਰਵਾਸੀਆਂ ਨੂੰ ਵਰਕ ਪਰਮਿਟ ਜਾਰੀ ਕਰਨ ਦੀ ਸ਼ੁਰੂਆਤ ਹੋਈ ਅਜਿਹੇ ਪ੍ਰਵਾਸੀਆਂ ਦੀ ਉਮਰ 15 ਜੂਨ 2012 ਤੱਕ 31 ਸਾਲ ਤੋਂ ਘੱਟ ਹੋਣੀ ਲਾਜ਼ਮੀ ਸੀ ਇਸ ਯੋਜਨਾ ਦਾ ਲਾਭ ਲੈ ਰਹੇ ਭਾਰਤੀਆਂ ਦੀ ਗਿਣਤੀ ਕੇਵਲ 4000 ਦੱਸੀ ਜਾ ਰਹੀ ਹੈ ਪਰ ਨਜ਼ਾਇਜ਼ ਤਰੀਕੇ ਨਾਲ ਦਾਖਲ ਹੋਏ ਅਤੇ ਹੁਣ ਤੱਕ ਬਗੈਰ ਇਮੀਗ੍ਰੇਸ਼ਨ ਸਟੇਟਸ ਤੋਂ ਰਹਿ ਰਹੇ ਭਾਰਤੀਆਂ ਦੀ ਗਿਣਤੀ ਲੱਖਾਂ ਵਿੱਚ ਪੁੱਜ ਚੁੱਕੀ ਹੈ ਸਾਊਥ ਏਸ਼ੀਅਨ ਅਮਰੀਕਨਜ਼ ਲੀਡਿੰਗ ਟੁਗੇਦਰ ਰਿਪੋਰਟ ਕਹਿੰਦੀ ਹੈ ਇਹ ਵੱਡੀ ਗਿਣਤੇ ਵਿੱਚ ਭਾਰਤੀਆਂ ਦੇ ਪਨਾਹ ਦੇ ਦਾਅਵੇ ਰੱਦ ਹੋ ਚੁੱਕੇ ਨੇ ਅਤੇ ਅਜਿਹੇ ਵਿੱਚੋਂ ਲੁਕ ਛਿਪ ਕੇ ਕੰਮ ਕਰਨ ਦੇ ਲਈ ਮਜਬੂਰ ਨੇ ਇੱਥੇ ਦੱਸਣਾ ਬਣਦਾ ਹੈ ਕਿ ਟੈਕਸਾਸ, ਅਲਬਾਮਾ, ਮੀਸੀਸੀਪੀ, ਲੂਜੀਆਨਾ, ਨਿਵਾਰਸਕਾ, ਸਾਊਥ ਕੈਰੋਲਿਨਾ ਅਤੇ ਵੈਸਟ ਵਰਜੀਨੀਆ ਵਰਗੇ ਰਾਜਾਂ ਤੇ ਰਿਪਬਲਿਕਨ ਪਾਰਟੀ ਦਾ ਅਸਰ ਰਸੂਖ ਸਭ ਤੋਂ ਜ਼ਿਆਦਾ ਹੈ ਅਤੇ ਇਹਨਾਂ ਵੱਲੋਂ ਹੀ ਫੈਡਰਲ ਸਰਕਾਰ ਦੇ ਵਿਰੁੱਧ ਮੁਕਦਮਾ ਦਾਇਰ ਕੀਤਾ ਗਿਆ ਸੀ 2016 ਦੇ ਵਿੱਚ ਵੀ ਇਹ ਮਾਮਲਾ ਸੁਪਰੀਮ ਕੋਰਟ ਤੱਕ ਪੁੱਜ ਗਿਆ ਪਰ ਚਾਰ ਜਜ ਡਾਗ ਡਾਕਾਂ ਨੂੰ ਲਾਗੂ ਕਰਨ ਦੇ ਹੱਕ ਵਿੱਚ ਸਨ ਜਦਕਿ ਚਾਰ ਰੱਦ ਕਰਨ ਦੇ ਇਸੇ ਦੌਰਾਨ ਸੱਤਾ ਬਦਲ ਗਈ ਅਤੇ ਡੋਨਲਡ ਟਰੰਪ ਰਾਸ਼ਟਰਪਤੀ ਬਣ ਗਏ ਟਰੰਪ ਨੇ 2017 ਦੇ ਵਿੱਚ ਕਾਰਜਕਾਰੀ ਹੁਕਮਾਂ ਰਾਹੀਂ ਡਾਕਾਂ ਨੂੰ ਰੱਦ ਕਰਨ ਦਾ ਯਤਨ ਕੀਤਾ ਪਰ ਸੁਪਰੀਮ ਕੋਰਟ ਨੇ 5-4 ਨਾਲ ਫੈਸਲਾ ਡਾਕਾਂ ਦੇ ਹੱਕ ਵਿੱਚ ਸੁਣਾਇਆ ਮਾਮਲਾ ਨਵੇਂ ਸਿਰੇ ਤੋਂ ਫੈਡਰਲ ਅਦਾਲਤ ਵਿੱਚ ਗਿਆ ਤਾਂ ਉੱਥੋਂ ਦੇ ਜਸਟਿਸ ਹੈਨਨ ਵੱਲੋਂ 2021 ਵਿੱਚ ਡਾਕਾਂ ਨੂੰ ਗੈਰਕਾਨੂੰਨੀ ਘਰਾੜ ਦਿੱਤਾ ਗਿਆ ਦੋਸਤਾਰ ਬਾਇਟ ਵਿੱਚ ਨਿਊ ਆਰਲੀਅਨਸ ਦੀ ਅਪੀਲ ਅਦਾਲਤ ਨੇ ਫੈਸਲੇ ਨੂੰ ਬਰਕਰਾਰ ਰੱਖਿਆ ਪਰ ਵਾਈਡਨ ਸਰਕਾਰ ਵੱਲੋਂ ਕੀਤੀਆਂ ਤਬਦੀਲੀਆਂ ਦੇ ਮੱਦੇਨਜ਼ਰ ਫੈਸਲੇ ਦੀ ਪੁਨਰ ਸਮੀਖਿਆ ਵਾਸਤੇ ਆਖ ਦਿੱਤਾ ਦਸਤੇਸਟ ਹੈਨਨ ਦਾ ਫੈਸਲਾ ਮੂਡ ਡਾਕਾ ਦੇ ਵਿਰੁੱਧ ਆਇਆ ਅਤੇ 580000 ਡਰੀਮਰਜ਼ ਡਿਪੋਰਟੇਸ਼ਨ ਦੀ ਇਕ ਗਾਰ ਤੇ ਪੁੱਜ ਚੁੱਕੇ ਨੇ ਉਮੀਦ ਕੀਤੀ ਜਾ ਰਹੀ ਹੈ ਕਿ ਬਾਇਡਨ ਸਰਕਾਰ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਵੇਗੀ ਅਤੇ ਫੈਸਲਾ ਆਉਣ ਤੱਕ ਡਰੀਮਰਸ ਨੂੰ ਰਾਹਤ ਮਿਲ ਸਕਦੀ ਹੈ ਪਰ ਭਵਿੱਖ ਹੋਰ ਤੁੰਦਲਾ ਹੋਣ ਦੇ ਅਸਰ ਜ਼ਿਆਦਾ ਨਜ਼ਰ ਆ ਰਹੇ ਨੇ ਜਸਟਿਸ ਹੈਨਨ ਦੇ ਫੈਸਲੇ ਨੂੰ ਡੁੰਗਾਈ ਨਾਲ ਦੇਖਿਆ ਜਾਏ ਤਾਂ ਉਹਨਾਂ ਵੱਲੋਂ ਤੁਰੰਤ ਲਾਗੂ ਹੁਕਮਾਂ ਤਹਿਤ ਡਰੀਮਰਸ ਦੇ ਵਰਕ ਪਰਮਿਟ ਰੱਦ ਨਹੀਂ ਕੀਤੇ ਗਏ ਪਰ ਜਿਸ ਨੂੰ ਵੇਖਦੇ ਆਂ ਜਦੋਂ ਤੱਕ ਸੁਪਰੀਮ ਕੋਰਟ ਦਾ ਫੈਸਲਾ ਨਹੀਂ ਆ ਜਾਂਦਾ ਉਹ ਅਮਰੀਕਾ ਵਿੱਚ ਕੰਮ ਜਾਰੀ ਰੱਖ ਸਕਦੇ ਨੇ ਅਮਰੀਕਾ ਵਿੱਚ ਪ੍ਰਵਾਸੀਆਂ ਦੀ ਆਬਾਦੀ ਵਧ ਕੇ 4 ਕਰੋੜ 60 ਲੱਖ ਹੋ ਗਈ ਹੈ ਅਤੇ ਪਿਛਲੇ ਸਾਲ ਤਕਰੀਬਨ 10 ਲੱਖ ਦੇ ਪ੍ਰਵਾਸੀ ਮੁਲਕ ਵਿੱਚ ਦਾਖਲ ਹੋਏ ਜਿਨ੍ਹਾਂ ਵਿੱਚ ਹਜ਼ਾਰਾਂ ਪੰਜਾਬੀ ਸ਼ਾਮਲ ਸਨ ਅਮਰੀਕਾ ਦੇ ਰਕਬੇ ਦੇ ਹਿਸਾਬ ਦੇ ਨਾਲ 10 ਲੱਖ ਦਾ ਵਾਅਦਾ ਕੋਈ ਜ਼ਿਆਦਾ ਨਹੀਂ ਪਰ 트럼ਪ ਦੀ ਵਿਦਾਇਗੀ ਮਗਰੋਂ ਪ੍ਰਵਾਸੀਆਂ ਦੀ ਆਮਦ ਵਿੱਚ ਭਾਰੀ ਵਾਅਦਾ ਹੋ ਰਿਹਾ ਹੈ ਵਿਦੇਸ਼ਾਂ ਵਿੱਚ ਜੰਮੇ ਅਤੇ ਹੁਣ ਅਮਰੀਕਾ ਵਿੱਚ ਰਹਿ ਰਹੇ ਲੋਕਾਂ ਦੀ ਗਿਣਤੀ 2017 ਮਗਰੋਂ ਤੇਜ਼ੀ ਨਾਲ ਨਹੀਂ ਸੀ ਵਧ ਰਹੀ ਪਰ ਪਿਛਲੇ ਸਾਲ ਇਸ ਅੰਕੜੇ ਵਿੱਚ 14% ਦਾ ਭਾਰੀ ਵਾਧਾ ਦਰਜ ਕੀਤਾ ਗਿਆ ਇਮੀਗ੍ਰੇਸ਼ਨ ਮਾਇਰਾਂ ਦਾ ਕਹਿਣਾ ਹੈ ਕਿ ਗਿਣਤੀ ਵਧਣ ਦੇ ਮੁੱਖ ਕਾਰਨ ਵੀਜ਼ਾ ਪ੍ਰੋਸੈਸਿੰਗ ਵਿੱਚ ਤੇਜ਼ੀ ਅਤੇ ਰਿਫਿਊਜ਼ਸ ਦੀ ਆਮਦ ਰਹੇ ਕਿਉਂਕਿ ਇਸ ਤੋਂ ਪਹਿਲਾਂ ਕਰੋਨਾ ਮਹਾਮਾਰੀ ਨੇ ਸਭ ਕੁਝ ਠੱਪ ਕਰ ਦਿੱਤਾ ਸੀ ਉਦੋਂ ਵਾਸ਼ਿੰਗਟਨ ਡੀਸੀ ਦੇ ਬਰੂਕਿੰਗਸ ਇੰਸਟੀਚਿਊਸ਼ਨ ਦੇ ਵਿਲੀਅਮ ਫਰੇ ਦਾ ਕਹਿਣਾ ਹੈ ਤੇ 2022 ਵਿੱਚ ਅਮਰੀਕਾ ਪੁੱਜੇ ਪ੍ਰਵਾਸੀਆਂ ਦੀ ਗਿਣਤੀ ਇਸ ਤੋਂ ਪਿਛਲੇ 4 ਸਾਲਾਂ ਦੇ ਸਾਂਝੇ ਅੰਕੜੇ ਨੂੰ ਮਾਤ ਪਾਉਂਦੀ ਹੈ ਪਿਊਰ ਰਿਸਰਚ ਸੈਂਟਰ ਦੇ ਜ਼ੈਫਰੀ ਨੇ ਕਿਹਾ ਕਿ ਇਮੀਗ੍ਰੇਸ਼ਨ ਸਿਸਟਮ ਪਹਿਲਾਂ ਨਾਲ ਬਿਹਤਰ ਕੰਮ ਕਰ ਰਿਹਾ ਅਤੇ ਦੁਨੀਆ ਦੇ ਕੋਨੇ-ਕੋਨੇ ਤੋਂ ਲੋਕ ਅਮਰੀਕਾ ਪੁੱਜ ਰਹੇ ਨੇ ਅਮਰੀਕਾ ਵਿੱਚ ਮੌਜੂਦ ਪ੍ਰਵਾਸੀਆਂ ਵਿੱਚ ਉਹਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਜੋ ਸੰਭਾਵਤ ਤੌਰ ਤੇ ਨਜਾਇਜ਼ ਤਰੀਕੇ ਨਾਲ ਦਾਖਲ ਹੋਏ ਨਵੇਂ ਪ੍ਰਵਾਸੀਆਂ ਦੇ ਵਿੱਚੋਂ ਜ਼ਿਆਦਾਤਰ ਦੇ ਕੋਲ ਕਾਲਜ ਡਿਗਰੀ ਮੌਜੂਦ ਸੀ ਜਿਸ ਤੇ ਮੱਦੇਨਜ਼ਰ ਫੈਡਰਲ ਜਾਂ ਸੂਬਾ ਸਰਕਾਰਾਂ ਨੂੰ ਇਹਨਾਂ ਦੇ ਹੁਨਰ ਵਿਕਾਸ ਤੇ ਜ਼ਿਆਦਾ ਜ਼ੋਰ ਨਹੀਂ ਦੇਣਾ ਪਵੇਗਾ। ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿੱਚ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਸਫੀਦੋ ਦੇ ਪਿੰਡ ਰੋਹੜ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਦੁਬਈ ਲੈ ਕੇ ਗਏ ਅਤੇ ਅਮਰੀਕਾ ਭੇਜਣ ਦਾ ਕਹਿ ਕੇ ਉੱਥੇ ਛੱਡ ਦਿੱਤਾ। ਉੱਥੇ ਉਸ ਨੂੰ ਜਾਲੀ ਵੀਜ਼ਾ ਤੇ ਜਾਲੀ ਟਿਕਟਸਾਂ ਉਪੀ ਗਈ ਉਸ ਕੋਲੋਂ 4 ਲੱਖ ਰੁਪਏ ਵੀ ਖੋ ਲਏ ਗਏ ਥਾਣਾ ਸਦਰ ਦੀ ਪੁਲਿਸ ਨੇ ਉਸ ਦੇ ਭਰਾ ਦੀ ਸ਼ਿਕਾਇਤ ਤੇ ਦੋ ਵਿਅਕਤੀਆਂ ਖਿਲਾਫ ਧੋਖਾ ਧੜੀ ਦਾ ਕੇਸ ਦਰਜ ਕੀਤਾ ਹੈ ਦਾਸ ਦੇ ਕਿ ਪਿਛਲੇ ਇੱਕ ਹਫਤੇ ਵਿੱਚ ਵਿਦੇਸ਼ ਵਿੱਚ ਪੈਸੇ ਭੇਜਣ ਦੇ ਨਾਂ ਤੇ ਧੋਖਾ ਦੇਹੀ ਦੇ 6 ਮਾਮਲੇ ਦਰਜ ਕੀਤੇ ਗਏ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਰੋਹੜ ਦੇ ਰਹਿਣ ਵਾਲੇ ਬਲਜਿੰਦਰ ਨੇ ਦੱਸਿਆ ਕਿ ਉਹ ਆਪਣੇ ਭਰਾ ਜਾਨਪਾਲ ਨੂੰ ਅਮਰੀਕਾ ਭੇਜਣਾ ਚਾਹੁੰਦੇ ਸੀ ਇਸ ਦੇ ਲਈ ਸਬੰਧਿਓ ਪੁੱਛਗਿੱਛ ਕਰ ਰਹੇ ਸੀ ਫਿਰੋਜ਼ ਆਵੇਦ ਖਾਨ ਉਰਫ ਅਰਮਾਨ ਵਾਸੀ ਸ਼ਹਾਜ਼ਾਨਪੁਰ ਉੱਤਰ ਪ੍ਰਦੇਸ਼ ਪਰਮਿੰਦਰ ਕੌਰ ਵਾਸੀ ਖੁਰਦ ਮੁਹਾਲੀ ਚੰਡੀਗੜ੍ਹ ਦੇ ਸੰਪਰਕ ਵਿੱਚ ਆਇਆ ਉਸਨੇ ਚੰਡੀਗੜ੍ਹ ਵਿੱਚ ਆਪਣਾ ਦਫ਼ਤਰ ਖੋਲ੍ਹਿਆ ਹੋਇਆ ਉਸਨੇ ਦੱਸਿਆ ਕਿ ਉਹ ਨੌਜਵਾਨ ਨੂੰ ਕਾਨੂੰਨੀ ਤੌਰ ਤੇ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ ਉਸ ਤੇ ਭਰਾ ਜਨਪਾਲ ਬਨੂ ਵੀ ਅਮਰੀਕਾ ਭੇਜਣਗੇ ਇਸ ਦੇ ਲਈ ਪਹਿਲਾਂ 4 ਲੱਖ ਰੁਪਏ ਦੀ ਮੰਗ ਕੀਤੀ ਸੀ ਉਸਨੇ ਚੈੱਕ ਅਤੇ ਬੈਂਕ ਰਾਹੀਂ ਵੱਖ-ਵੱਖ ਤਰੀਕਾਂ ਵਿੱਚ 4 ਲੱਖ ਰੁਪਏ ਅਦਾ ਕੀਤੇ ਇਸ ਤੋਂ ਬਾਅਦ ਮਲਜ਼ਮ ਨੇ ਪਹਿਲਾਂ ਭਰਾ ਜਨਪਾਲ ਨੂੰ ਕਿੰਨੀਆਂ ਭੇਜਿਆ ਉਸ ਤੋਂ ਬਾਅਦ ਦੁਬਈ ਭੇਜ ਦਿੱਤਾ ਗਿਆ ਅੱਗੇ ਭੇਜਣ ਦੇ ਨਾਂ ਤੇ ਮਲਜ਼ਮ ਨੇ ਫਿਰ ਤੋਂ ਪੈਸੇ ਮੰਗੇ ਜਨਪਾਲ ਨੇ ਦੱਸਿਆ ਹੈ ਕਿ ਉਸ ਨੂੰ ਅੱਗੇ ਭੇਜਣ ਦੇ ਲਈ ਜਾਲੀ ਵੀਜ਼ਾ ਤੇ ਟਿਕਟ ਦਿੱਤੀ ਗਈ ਹੈ ਇੱਥੇ ਉਸ ਨੂੰ 700 ਡਾਲਰ ਵੱਖਰੇ ਤੌਰ ਤੇ ਖਰਚਣੇ ਪਏ ਜਦੋਂ ਉਸ ਨੇ ਮਲਜ਼ਮਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਦੋਂ ਉਸ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਉਸ ਨੇ ਨਹੀਂ ਦਿੱਤੇ ਜਦੋਂ ਉਹਨਾਂ ਨੇ ਆਪਣੇ ਪੱਧਰ ਤੇ ਪੁੱਛਕਿਛ ਕੀਤੀ ਤਾਂ ਪਤਾ ਲੱਗਾ ਕਿ ਮਾ ਵਿੱਚੋਂ ਇੱਕ ਦੇਸ਼ ਛੱਡ ਕੇ ਚਲਾ ਗਿਆ ਹੈ ਜਦੋਂ ਕਿ ਦੂਜਾ ਮਹਾਲੀ ਵਿੱਚ ਹੀ ਹੈ ਵਰਤਾਨਵੀ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਵੀਜ਼ਾ ਫੀਸਾਂ ਵਿੱਚ ਪ੍ਰਸਤਾਵਿਤ ਵਾਧਾ 4 ਅਕਤੂਬਰ ਤੋਂ ਲਾਗੂ ਹੋ ਜਾਏਗਾ 6 ਮਹੀਨਿਆਂ ਤੋਂ ਘੱਟ ਦੇ ਟੂਰਿਸਟ ਵੀਜ਼ੇ ਦੀ ਫੀਸ ਜਿਹੜੀ ਹੈ 15 ਪਾਉਂਡ ਤੇ ਵਿਦਿਆਰਥੀ ਵੀਜ਼ਾ ਫੀਸ ਵਿੱਚ 127 ਪਾਉਂਡ ਦਾ ਵਾਧਾ ਕੀਤਾ ਹੈ ਸ਼ੁੱਕਰਵਾਰ ਨੂੰ ਸੰਸਦ ਦੇ ਵਿੱਚ ਪੇਸ਼ ਕੀਤੇ ਗਏ ਕਾਨੂੰਨ ਤੋਂ ਬਾਅਦ ਯੂਕੇ ਦੇ ਗ੍ਰਹਿ ਦਫ਼ਤਰ ਨੇ ਕਿਹਾ ਕਿ ਤਬਦੀਲੀਆਂ ਦਾ ਮਤਲਬ ਹੈ ਕਿ ਦੇਸ਼ ਵਿੱਚ ਅਰਜ਼ੀਆਂ ਲਈ ਚਾਰਜ ਕੀਤੀ ਗਈ ਰਕਮ ਦੇ ਬਰਾਬਰ ਕਰਨ ਦੇ ਲਈ 6 ਮਹੀਨਿਆਂ ਤੋਂ ਘੱਟ ਸਮੇਂ ਲਈ ਵਿਜ਼ਿਟ ਵੀਜ਼ਾ ਦੀ ਲਾਗਤ ਵਧ ਕੇ 115 ਪਾਉਂਡ ਹੋ ਜਾਏਗੀ ਅਤੇ ਯੂਕੇ ਤੋਂ ਬਾਹਰ ਵਿਦਿਆਰਥੀ ਵੀਜ਼ਾ ਲਈ ਅਰਜ਼ੀ ਦੇਣ ਦੀ ਫੀਸ ਵਧ ਕੇ 490 ਪਾਉਂਡ ਹੋ ਜਾਏਗੀ ਇਹ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁੰਕ ਦੇ ਦੁਆਰਾ ਜੁਲਾਈ ਵਿੱਚ ਐਲਾਨ ਕੀਤੇ ਜਾਣ ਤੋਂ ਬਾਅਦ ਆਇਆ ਹੈ ਕਿ ਵੀਜ਼ਾ ਬਿਨੈਕਾਰਾਂ ਦੇ ਦੁਆਰਾ ਯੂਕੇ ਦੀ ਰਾਜ ਦੁਆਰਾ ਫੰਡ ਪ੍ਰਾਪਤ ਨੈਸ਼ਨਲ ਹੈਲਥ ਸਰਵਿਸਿਜ਼ ਨੂੰ ਦਿੱਤੀ ਜਾਣ ਵਾਲੀ ਫੀਸ ਅਤੇ ਸਿਹਤ ਸਰਚਾਰਜ ਦੇਸ਼ ਦੇ ਜਨਤਕ ਖੇਤਰ ਦੇ ਤਨਖਾਹ ਵਾਅਦੇ ਨੂੰ ਪੂਰਾ ਕਰਨ ਦੇ ਲਈ ਮਹੱਤਵਪੂਰਨ ਤੌਰ ਤੇ ਵਧਣ ਦੇ ਲਈ ਤਿਆਰ ਹੈ ਉਸ ਸਮੇਂ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਪਰਵਾਸੀਆਂ ਲਈ ਖਰਚਿਆਂ ਨੂੰ ਵਧਾਉਣ ਜਾ ਰਹੇ ਹਾਂ ਜੋ ਇਸ ਦੇਸ਼ ਵਿੱਚ ਆ ਰਹੇ ਨੇ ਜਦੋਂ ਉਹ ਵੀਜ਼ਾ ਲਈ ਅਰਜ਼ੀ ਦਿੰਦੇ ਨੇ ਅਤੇ ਅਸਲ ਵਿੱਚ ਇਮੀਗ੍ਰੇਸ਼ਨ ਹੈਲਥ ਸਰਚਾਰਜ ਕਿਹਾ ਜਾਂਦਾ ਹੈ ਜੋ ਕਿ ਉਹ ਲੀਵੀ ਹੈ ਜੋ ਉਹ ਐਨ ਐਚ ਐਸ ਤੱਕ ਪਹੁੰਚ ਕਰਨ ਲਈ ਅਦਾ ਕਰਦੇ ਨੇ ਉਹਨਾਂ ਨੇ ਕਿਹਾ ਉਹ ਸਾਰੀਆਂ ਫੀਸਾਂ ਵਧਣ ਜਾ ਰਹੀਆਂ ਨੇ ਅਤੇ ਇਸ ਦੇ ਨਾਲ ਜੀ ਵੀ ਪੀ 1 ਬਿਲੀਅਨ ਤੋਂ ਵੱਧ ਦਾ ਵਾਅਦਾ ਹੋਏਗਾ ਅਤੇ ਇਸੇ ਤਰ੍ਹਾਂ ਆਈ ਐਚ ਐਸ ਦੇ ਲਈ ਇਸ ਲਈ ਪੂਰੇ ਬੋਰਡ ਵਿੱਚ ਵੀਜ਼ਾ ਐਪਲੀਕੇਸ਼ਨਜ਼ ਫੀਸਾਂ ਵਿੱਚ ਮਹੱਤਵਪੂਰਨ ਵਾਧਾ ਹੋਏਗਾ। ਹੋਮ ਆਫਿਸ ਨੇ ਜ਼ਿਆਦਾਤਰ ਕੰਮ ਅਤੇ ਵਿਜ਼ਿਟ ਵੀਜ਼ਾ ਦੀ ਲਾਗਤ ਦੇ ਵਿੱਚ 15% ਅਤੇ ਤਰਜੀਹੀ ਵੀਜ਼ਾ, ਅਦਿਨ ਵੀਜ਼ਾ ਅਤੇ ਸਪਾਂਸਰਸ਼ਿਪ ਦੇ ਸਰਟੀਫਿਕੇਟਸ ਦੀ ਲਾਗਤ ਵਿੱਚ ਘੱਟੋ-ਘੱਟ 20% ਵਾਧੇ ਦਾ ਸੰਕੇਤ ਦਿੱਤਾ ਹੈ। ਗ੍ਰਹਿ ਦਫ਼ਤਰ ਨੇ ਸਹਫ਼ਤੇ ਕਿਹਾ ਸਥਾਈ ਇਮੀਗ੍ਰੇਸ਼ਨ ਅਤੇ ਰਾਸ਼ਟਰੀਤਾ ਪ੍ਰਣਾਲੀ ਨੂੰ ਚਲਾਉਣ ਦੇ ਲਈ ਹੋਮ ਆਫਿਸ ਦੀ ਯੋਗਤਾ ਦੇ ਵਿੱਚ ਚਾਰਜ ਕੀਤੀਆਂ ਗਈਆਂ ਫੀਸਾਂ ਤੋਂ ਆਮਦਨ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਬ੍ਰਿਟਿਸ਼ ਟੈਕਸ ਦਾਤਾਵਾਂ ਤੋਂ ਫੰਡਿੰਗ ਯੋਗਦਾਨ ਨੂੰ ਘਟਾਉਣ ਦੇ ਵਿੱਚ ਮਦਦ ਕਰਨ ਦੇ ਫੀਸਾਂ ਨਿਰਧਾਰਤ ਕਰਨ ਵੇਲੇ ਧਿਆਨ ਨਾਲ ਵਿਚਾਰ ਕੀਤਾ ਜਾਂਦਾ ਹੈ ਜਦੋਂ ਕਿ ਅਜਿਹੀ ਸੇਵਾ ਪ੍ਰਦਾਨ ਕਰਨਾ ਜਾਰੀ ਰੱਖਣਾ ਜੋ ਯੂਕੇ ਵਿੱਚ ਕੰਮ ਕਰਨ ਦੇ ਚਾਹਵਾਨਾਂ ਲਈ ਆਕਰਸ਼ਕ ਰਹੇ ਅਤੇ ਸਾਰਿਆਂ ਲਈ ਵਿਆਪਕ ਖੁਸ਼ਹਾਲੀ ਦਾ ਸਮਰਥਨ ਕਰੇ ਫੀਸਾਂ ਵਿੱਚ ਵਾਦਾ ਸਿਹਤ ਅਤੇ ਦੇਖਪਾਲ ਵੀਜ਼ਾ ਸਮੇਤ ਜ਼ਿਆਦਾਤਰ ਵੀਜ਼ਾ ਸ਼੍ਰੇਣੀਆਂ ਵਿੱਚ ਲਾਗੂ ਹੁੰਦਾ ਹੈ ਇੱਕ ਬ੍ਰਿਟਿਸ਼ ਨਾਗਰਿਕ ਵਜੋਂ ਰਜਿਸਟਰ ਕਰਨ ਅਤੇ ਕੁਦਰਤੀਕਰਨ ਲਈ ਅਰਜ਼ੀਆਂ 6 ਮਹੀਨਿਆਂ 2 5 ਅਤੇ 10 ਸਾਲ ਦੇ ਵਿਜ਼ਿਟ ਵੀਜ਼ਾ ਲਈ ਫੀਸ ਇਹ ਵਾਦਾ ਦਾਖਲਾ ਕਲੀਅਰੈਂਸ ਦੇ ਲਈ ਜ਼ਿਆਦਾਤਰ ਫੀਸਾਂ ਅਤੇ ਯੂਕੇ ਵਿੱਚ ਰਹਿਣ ਦੇ ਲਈ ਛੁੱਟੀ ਲਈ ਕੁਝ ਅਰਜ਼ੀਆਂ ਲਈ ਵੀ ਲਾਗੂ ਹੁੰਦਾ ਹੈ ਜਿਸ ਵਿੱਚ ਕੰਮ ਅਤੇ ਅਧਿਐਨ ਦੇ ਲਈ ਵੀ ਸ਼ਾਮਲ ਨੇ داخل ਹੋਣ ਦੇ ਲਈ ਅਨਮਿੱਥੇ ਸਮੇਂ ਦੀ ਛੁੱਟੀ ਅਤੇ ਰਹਿਣ ਦੇ ਲਈ ਅਨਮਿੱਥੇ ਸਮੇਂ ਲਈ ਫੀਸ ਅਤੇ ਸਪਾਂਸਰਸ਼ਿਪ ਤੇ ਸਰਟੀਫਿਕੇਟ ਅਤੇ ਪੜਾਈ ਲਈ ਸਵੀਕ੍ਰਿਤੀ ਦੀ ਪੁਸ਼ਟੀ ਦੇ ਸੰਬੰਧ ਵਿੱਚ ਫੀਸ ਗ੍ਰਹਿ ਦਫ਼ਤਰ ਨੇ ਕਿਹਾ ਕਿ ਬਦਲਾ ਸੰਸਦ ਦੀ ਮਨਜ਼ੂਰੀ ਦੇ ਅਧੀਨ ਹੈ ਤੇ 4 ਅਕਤੂਬਰ ਤੋਂ ਲਾਗੂ ਹੋਣ ਦੀ ਉਮੀਦ ਹੈ ਹਿਊਸਟਨ ਦੇ ਇੱਕ ਸੰਗੀ ਜੱਜ ਨੇ ਅਮਰੀਕਾ ਲਿਆਂਦੇ ਗਏ ਹਜ਼ਾਰਾਂ ਗੈਰ ਦਸਤਾਵੇਜ਼ ਰਹਿਤ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਨੂੰ ਰੋਕਣ ਵਾਲੀ ਸੰਗੀ ਨੀਤੀ ਨੂੰ ਗੈਰ ਕਾਨੂੰਨੀ ਘਰਾਰ ਦਿੱਤਾ ਜਿਨ੍ਹਾਂ ਵਿੱਚ ਸੈਂਕੜੇ ਭਾਰਤੀ ਬੱਚੇ ਸ਼ਾਮਲ ਨੇ ਪਰ ਨਾਲ ਹੀ ਕਿਹਾ ਕਿ ਸਰਕਾਰ ਆਪਣੇ ਮੌਜੂਦਾ ਬਿਨੇ ਕਾਰਨਾਂ ਲਈ ਨਿਵਿਉਣ ਦੀ ਪ੍ਰਕਿਰਿਆ ਜਾਰੀ ਰੱਖ ਸਕਦੀ ਹੈ ਅਮਰੀਕਾ ਦੇ ਜ਼ਿਲ੍ਹਾ ਅਦਾਲਤ ਦੇ ਜੱਜ ਐਂਡਰਿਊ ਦਾ ਬੁੱਧਵਾਰ ਦਾ ਜਿਹੜਾ ਫੈਸਲਾ ਸਾਬਕਾ ਰਾਸ਼ਟਰਪਤੀ ਬਰਾਕ ਬਾਵਾ ਦੇ ਸਮੇਂ ਦੇ ਡੈਫਰਡ ਐਕਸ਼ਨ ਫਾਰ ਚਾਈਲਡਹੂਡ ਅਰਾਈਵਲਜ਼ ਪ੍ਰੋਗਰਾਮ ਲਈ ਵੱਡਾ ਚਟਕਾ ਸੀ ਚਾਚ ਨੇ ਲਿਖਿਆ ਕਿ ਅਦਾਲਤ ਨੇ ਪਹਿਲਾਂ ਵੀ ਅਜਿਹਾ ਹੀ ਫੈਸਲਾ ਸੁਣਾਇਆ ਸੀ ਜਿਸ ਵਿੱਚ ਕਿਹਾ ਗਿਆ ਸੀਗਾ ਕਿ ਉਹਨਾਂ ਨੇ ਸਾਰੇ ਡੀਏ ਸੀਏ ਪ੍ਰਾਪਤਕਰਤਾਵਾਂ ਲਈ ਖਾਲੀ ਅਸਾਮੀਆਂ ਦੀ ਪ੍ਰਭਾਵੀ ਮਿਤੀ ਨੂੰ ਰੋਕ ਦਿੱਤਾ ਗਿਆ ਹੈ ਜਿਨ੍ਹਾਂ ਨੇ 16 ਜੁਲਾਈ 2021 ਤੋਂ ਪਹਿਲਾਂ ਆਪਣੇ ਸ਼ੁਰੂਆਤੀ ਡੀਏਸੀਏ ਦੇ ਦਰਜੇ ਨੂੰ ਪ੍ਰਾਪਤ ਕੀਤਾ ਸੀ ਹਨ ਨੇ ਫੈਸਲਾ ਸੁਣਾਇਆ ਕਿ ਪ੍ਰਤੀਵਾਦੀ ਉਹਨਾਂ ਵਿਅਕਤੀਆਂ ਲਈ ਪ੍ਰੋਗਰਾਮ ਦਾ ਪ੍ਰਬੰਧਨ ਕਰਨਾ ਜਾਰੀ ਰੱਖ ਸਕਦੇ ਹਨ ਅਤੇ ਪ੍ਰਸ਼ਾਸਨ ਉਹਨਾਂ ਵਿਅਕਤੀਆਂ ਲਈ ਡੀਏਸੀਏ ਨਵਿਆਉਣ ਦੀਆਂ ਅਰਜ਼ੀਆਂ ਦੀ ਪ੍ਰਕਿਰਿਆ ਤੇ ਮਨਜ਼ੂਰੀ ਦੇਣ ਲਈ ਜਾਰੀ ਰੱਖ ਸਕਦਾ ਹੈ ਅਕਤੂਬਰ ਤੋਂ ਲਾਗੂ ਹੋਣ ਵਾਲੇ ਨਵੇਂ ਸੋਧੇ ਹੋਏ ਕਾਨੂੰਨ ਦੇ ਨਾਲ ਵਿੱਦਿਅਕ ਸੰਸਥਾਵਾਂ ਵਿੱਚ ਦਾਖਲਾ ਡਰਾਈਵਿੰਗ ਲਾਇਸੈਂਸ ਆਧਾਰ ਕਾਰਡ ਜਾਂ ਪਾਸਪੋਰਟ ਦੇ ਲਈ ਅਰਜ਼ੀ ਅਤੇ ਵਿਆਹ ਦੇ ਰਜਿਸਟ੍ਰੇਸ਼ਨ ਵਰਗੇ ਕਈ ਕਾਰਜਾਂ ਤੇ ਸੇਵਾਵਾਂ ਲਈ ਸਿੰਗਲ ਦਸਤਾਵੇਜ਼ ਦੇ ਰੂਪ ਵਿੱਚ ਜਨਮ ਸਰਟੀਫਿਕੇਟ ਦੀ ਵਰਤੋਂ ਦੀ ਸਹੂਲਤ ਮਿਲੇਗੀ ਸੰਸਦ ਨੇ ਪਿਛਲੇ ਮੌਨਤੂਨ ਸੈਸ਼ਨ ਦੇ ਵਿੱਚ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਐਕਟ 2023 ਪਾਸ ਕੀਤਾ ਸੀ ਅਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 11 ਅਗਸਤ ਨੂੰ ਮਨਜ਼ੂਰੀ ਦਿੱਤੀ ਸੀ ਰਜਿਸਟਰਾਰ ਜਨਰਲ ਅਤੇ ਮਰਦੁਸ਼ਮਾਰੀ ਕਮਿਸ਼ਨਰ ਮਿਤਿੰਜੇ ਕੁਮਾਰ ਨਾਰਾਇਣ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਦੇ ਮਤਾਬਕ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਐਕਟ 2023 ਦੀ ਧਾਰਾ 1 ਦੀ ਉਪ ਧਾਰਾ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਕੇਂਦਰ ਸਰਕਾਰ ਨੇ ਸੂਚਿਤ ਕਰਦੀ ਹੈ ਕਿ 1 ਅਕਤੂਬਰ 2023 ਨੂੰ ਐਕਟ ਦੇ ਮਤੇ ਲਾਗੂ ਹੋ ਜਾਣਗੇ ਐਕਟ ਲਾਗੂ ਹੋਣ ਦੇ ਨਾਲ ਵਿਦਿਆਖ ਸੰਸਥਾਵਾਂ ਵਿੱਚ ਦਾਖਲੇ ਡਰਾਈਵਿੰਗ ਲਾਇਸੈਂਸ ਆਧਾਰ ਕਾਰਡ ਜਾਂ ਪਾਸਪੋਰਟ ਦੇ ਲਈ ਅਰਜ਼ੀ ਅਤੇ ਵਿਆਹ ਦੀ ਰਜਿਸਟ੍ਰੇਸ਼ਨ ਵਰਗੇ ਕਈ ਕੰਮਾਂ ਤੇ ਸੇਵਾਵਾਂ ਲਈ ਸਿੰਗਲ ਦਸਤਾਵੇਜ਼ ਵਜੋਂ ਜਨਮ ਸਰਟੀਫਿਕੇਟ ਦੀ ਵਰਤੋਂ ਦੀ ਸਹੂਲਤ ਮਿਲੇਗੀ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੀ ਸਰਕਾਰ ਨੇ ਮਹੱਤਵਪੂਰਨ ਐਲਾਨ ਕੀਤਾ ਐਲਾਨ ਦੇ ਮੁਤਾਬਕ ਚੀਨੀ 에ਅਰਲਾਈਨਸ ਦੀਆਂ ਵਧੀਆਂ ਸੇਵਾਵਾਂ ਨਾਲ ਕੁਈਨਜ਼ਲੈਂਡ ਦੀ ਰਾਜਧਾਨੀ ਬ੍ਰਿਸਬੇਨ ਅਤੇ ਚੀਨ ਦੇ ਪ੍ਰਮੁੱਖ ਸ਼ਹਿਰਾਂ ਸ਼ੰਗਾਈ ਅਤੇ ਗੁਆਂਗਜ਼ੂ ਨੂੰ ਜੋੜਨ ਵਾਲੀਆਂ ਹੋਰ ਸਿੱਧੀਆਂ ਉਡਾਣਾਂ ਸ਼ੁਰੂ ਹੋਣਗੀਆਂ ਵੀਰਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਦੇ ਵਿੱਚ ਕੁਈਨਜ਼ਲੈਂਡ ਸਰਕਾਰ ਨੇ ਦੱਸਿਆ ਕਿ 29 ਅਕਤੂਬਰ ਨੂੰ ਚਾਈਨਾ ਦੀ ਈਸਟਰਨ 에ਅਰਲਾਈਨਸ ਹਫ਼ਤੇ ਵਿੱਚ 3 ਵਾਰ ਬ੍ਰਿਸਬੇਨ ਹਵਾਈ ਅੱਡੇ ਲਈ ਬਿਨਾਂ ਰੁਕੇ ਉਡਾਣ ਭਰੇਗੀ ਮਤਲਬ 10 ਸਾਲਾਂ ਵਿੱਚ ਉਡਾਣਾ ਹਫ਼ਤੇ ਵਿੱਚ 5 ਵਾਰ ਵਧਣਗੀਆਂ ਬਿਆਨ ਦੇ ਅਨੁਸਾਰ ਚਾਈਨਾ ਈਸਟਰਨ 에ਅਰਲਾਈਨਸ ਨੇ ਆਪਣੇ ਸੰਚਾਲਨ ਦੇ ਪਹਿਲੇ ਸਾਲ ਦੇ ਦੌਰਾਨ ਬ੍ਰਿਸਬੇਨ ਵਿੱਚ ਲਗਭਗ 41000 ਸੀਟਾਂ ਉਪਲਬਧ ਕਰਵਾਉਣ ਦੀ ਉਮੀਦ ਹੈ ਚਾਈਨਾ ਈਸਟਰਨਸ 에ਅਰਲਾਈਨਸ ਅਗਲੇ ਮਹੀਨੇ ਤੋਂ ਸ਼ੰਘਾਈ ਤੋਂ ਬ੍ਰਿਸਬੇਨ ਦੇ ਲਈ ਉਡਾਣਾ ਸ਼ੁਰੂ ਕਰੇਗੀ ਕੁਇੰਜ਼ਲੈਂਡ ਦੀ ਪ੍ਰੀਮੀਅਰ ਅਨਾਸਟਾਸਿਆ ਪਲਾਂਟਸ ਉਸਕ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਸੰਸ ਸ਼ਾਈਨ ਸਟੇਟ ਦੇ ਹਜ਼ਾਰਾਂ ਹੋਟ ਸਲਾਨੀ ਅਤੇ ਸਾਡੇ ਸੈਰ ਸਪਟਾ ਕਾਰੋਬਾਰਾਂ ਤੇ ਕਰਮਚਾਰੀਆਂ ਲਈ ਇੱਕ ਵੱਡਾ ਹੁਲਾਰਾ ਹੋਏਗਾ ਇਹ ਖੋਸ਼ਣਾ ਸੂਬਾਈ ਸਰਕਾਰ ਦੇ ਦੁਆਰਾ ਪੁਸ਼ਟੀ ਕੀਤੇ ਜਾਣ ਦੇ ਇੱਕ ਦਿਨ ਬਾਅਦ ਆਈ ਹੈ ਕਿ ਚਾਈਨਾ ਦੱਖਣੀ 에ਅਰਲਾਈਨਸ ਦਸੰਬਰ ਤੋਂ ਫਰਵਰੀ ਤੱਕ ਗਵਾੰਗਜ਼ੂ ਤੋਂ ਰੋਜ਼ਾਨਾ ਸਿੱਧੀ ਬ੍ਰਿਸਬੇਨ ਸੇਵਾਵਾਂ ਦਾ ਵਿਸਤਾਰ ਕਰ ਰਹੀ ਹੈ। ਅੱਜਕੱਲ੍ਹ ਵਿਦੇਸ਼ ਜਾਣ ਦਾ ਹਰ ਕੋਈ ਚਾਹਵਾਨ ਹੈ ਕਿ ਗਰੀਬ ਤੇ ਕੀ ਹੈ ਅਮੀਰ ਹਰ ਕੋਈ ਆਪਣੇ ਵਧੀਆ ਭਵਿੱਖ ਦੇ ਲਈ ਵਿਦੇਸ਼ ਵਿੱਚ ਜਾ ਕੇ ਸੈਟਲ ਹੋਣਾ ਚਾਹਦਾ ਹੈ। ਵਿਦੇਸ਼ ਜਾਣ ਦੀ ਹੋੜ ਦੇ ਵਿੱਚ ਕਈ ਲੋਕਾਂ ਦੇ ਨਾਲ ਏਜੰਟਾਂ ਵੱਲੋਂ ਧੋਖਾ ਵੀ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਮਾਛੀਵਾੜਾ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਇੱਕ ਟਰੈਵਲ ਏਜੰਟ ਦੇ ਵੱਲੋਂ ਕੈਨੇਡਾ ਭੇਜਣ ਦੇ ਲਈ ਕਰੀਬ 20 ਤੋਂ ਵੱਧ ਪਰਿਵਾਰਾਂ ਤੋਂ 70 ਲੱਖ ਰੁਪਏ ਠੱਗਣ ਦੀ ਇਹੜੀ ਗੱਲ ਸਾਹਮਣੇ ਆਈ ਹੈ ਟਰੈਵਲ ਏਜੰਟ ਦੇ ਵੱਲੋਂ ਇਨ੍ਹਾਂ ਪਰਿਵਾਰਾਂ ਦੇ ਪੈਸੇ ਨਾ ਵਾਪਸ ਕਰਨ ਤੇ ਟਰੈਵਲ ਏਜੰਟਾਂ ਦੀ ਕੋਠੀ ਦੇ ਬਾਹਰ ਪੀੜਤ ਪਰਿਵਾਰ ਵੱਲੋਂ ਪੱਕੇ ਤੌਰ ਤੇ ਧਰਨਾ ਲਾ ਦਿੱਤਾ ਗਿਆ ਹੈ ਧਰਨੇ ਤੇ ਬੈਠੇ ਪਰਿਵਾਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਨੇ ਕੈਨੇਡਾ ਜਾਣ ਦੇ ਲਈ ਇਥੋਂ ਦੇ ਨਿਵਾਸੀ ਪਤੀ ਪਤਨੀ ਕਮਲਜੀਤ ਸਿੰਘ ਤੇ ਸਤਵਿੰਦਰ ਕੌਰ ਨੂੰ ਪੇਸ਼ਕੀ ਵਜੋਂ ਲੱਖਾਂ ਰੁਪਏ ਦਿੱਤੇ ਪਰ ਉਹਨਾਂ ਦਾ ਵੀਜ਼ਾ ਨਾ ਲੱਗਿਆ ਇਨ੍ਹਾਂ ਪੀੜਤ ਪਰਿਵਾਰਾਂ ਨੇ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਜਿਸ ਤੇ ਕੇਵਲ ਰਾਜਪਾਲ ਸਿੰਘ ਦੀ ਸ਼ਿਕਾਇਤ ਤੇ ਸਤਵਿੰਦਰ ਕੌਰ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਜਦਕਿ ਬਾਕੀ ਵਿਅਕਤੀਆਂ ਦੀਆਂ ਸ਼ਿਕਾਇਤਾਂ ਦੀ ਜਾਂਚ ਚੱਲ ਰਹੀ ਹੈ ਟਰੈਵਲ ਏਜੰਟ ਸਤਵਿੰਦਰ ਕੌਰ ਤੇ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਇੱਕ ਤਿਤ ਦੋਸ਼ਾਂ ਹੇਠ ਮਾਮਲਾ ਦਰਜ ਹੈ ਅਤੇ ਜਦੋਂ ਪੀੜਤ ਪਰਿਵਾਰਾਂ ਵੱਲੋਂ ਉਸ ਦੀ ਕੋਠੀ ਅੱਗੇ ਧਰਨਾ ਮਾਰਿਆ ਗਿਆ ਤਾ ਉਸਦੇ ਪਤੀ ਕਮਲ ਗਿੱਲ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਉਸਦਾ ਕੋਈ ਕਸੂਰ ਨਹੀਂ ਕਮਲ ਗਿੱਲ ਨੇ ਕਿਹਾ ਹੈ ਕਿ ਉਸਦੀ ਪਤਨੀ ਹੀ ਵਿਦੇਸ਼ ਭੇਜਣ ਦੇ ਨਾਮ ਤੇ ਪੈਸੇ ਲੈਂਦੀ ਸੀ ਅਤੇ ਜਦੋਂ ਹੁਣ ਵਿਵਾਦ ਖੜਾ ਹੋ ਗਿਆ ਤਾਂ ਉਹ ਆਪਣੀ ਪਤਨੀ ਨੂੰ ਜਲੰਧਰ ਛੱਡ ਆਇਆ ਉਹਨਾਂ ਨੇ ਕਿਹਾ ਕਿ ਉਸਦੀ ਟਰੈਵਲ ਏਜੰਟ ਪਤਨੀ ਨੇ ਉਸਦੇ ਆਪਣੇ ਚੈੱਕ ਵੀ ਲੋਕਾਂ ਨੂੰ ਦਿੱਤੇ ਹੋਏ ਨੇ ਜਿਸ ਤੋਂ ਉਹ ਖੁਦ ਪਰੇਸ਼ਾਨ ਹੈ ਇਸਾਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ ਫਲ ਹਾਲ ਬਰਨਕੋਰ ਮਾਨ ਨੂੰ ਦਿਓ ਆਗਿਆ YouTube ਚੈਨਲ ਪੰਜਾਬ ਮੇਲੀ US TV ਸਬਸਕ੍ਰਾਈਬ ਕਰ ਦਿਓ ਜੀ ਸ਼ੁਕਰੀਆ ਜੀ ਸਾਸ਼ਟ੍ਰੀਆ ਕਾਲ